ਉੱਚੀ ਬੋਲ ਉੱਚੀ ਅਤੇ ਮਤਲਬ ਮੈਨੂੰ ਨਾ ਥਰੈਟ ਆ ਰਹੇ ਸੀ ਕਾਫੀ ਟਾਈਮ ਤੋਂ ਆ ਰਹੇ ਸੀਗੇ ਅਤੇ ਕੱਲ੍ਹ ਰਾਤੀ ਮੈਂ ਚੰਡੀਗੜ੍ਹ ਹੋਇਆ ਗਿਆ ਹੋਇਆ ਸੀਗਾ ਮੈਂ ਕੱਲ੍ਹ ਚੰਡੀਗੜ੍ਹ ਗਿਆ ਹੋਇਆ ਸੀ ਅੱਜ ਮੈਂ ਰੀਸੈਂਟਲੀ ਸ਼ਾਮੀ ਆਇਆ ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਅਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹਨਾ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਏ ਵੀ ਇੱਦਾਂ ਕਰਕੇ ਗੱਲ ਹੋਈ ਆ ਰਾਤੀ ਠੀਕ ਹੈ ਜੀ ਸਾਢੇ 12 ਤੋਂ ਬਾਅਦ ਜਿਹੜੀ ਇੱਥੇ ਸਾਡੇ ਸੀਗਾ ਨੇੜੇ ਵਿਆਹ ਠੀਕ ਹੈ ਕਰਕੇ ਪਤਾ ਨਹੀਂ ਲੱਗਿਆ ਫਿਰ ਰਾਤੀ ਜਦੋਂ ਫਾਇਰਿੰਗ ਹੋਈ ਆ ਅਤੇ ਉਦੋਂ ਮਤਲਬ ਮਤਲਬ ਕਹਿ ਰਹੇ ਆ ਕਿ ਮੇਰੀ ਗੱਲ ਸੁਣ ਮਤਲਬ ਕੋਈ ਗੈਂਗਸਟਰ ਸੀਗਾ ਉਹਦਾ ਵੱਡੇ ਦਾ ਬਾਹਰੋਂ ਫੋਨ ਆਇਆ ਕਿਸੇ ਦਾ ਵੀ ਮੇਰੀ ਗੱਲ ਸੁਣ ਵੀ ਜੇ ਨਹੀਂ ਸੁਣਨੀ ਆ ਤਾਂ ਤੇਰੇ ਫਾਇਰਿੰਗ ਕਰਾਂਗੇ ਅਤੇ ਉਹਨਾਂ ਨੇ ਉਹੀ ਮੈਨੂੰ ਵਾਰਨਿੰਗ ਦਿੱਤੀ ਆ ਵੀ ਸਾਨੂੰ ਗਾਣੇ ਸਾਡੇ ਨਾਲ ਕੰਮ ਕਰ ਹਾਂਜੀ ਸਾਡੇ ਨਾਲ ਕੰਮ ਕਰ ਉੱਥੇ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਵਰਗੇ ਕੰਮ ਕਰ ਉਹਦੇ ਤੋਂ ਬਾਅਦ ਇਹੀ ਉਹ ਬੰਦੇ ਆ ਸੇਮ ਮੈਨੂੰ ਨੀ ਸੀ ਪਤਾ ਵੀ ਇਹਨਾਂ ਦੇ ਪਿੱਛੇ ਜਿਹੜੇ ਗੈਂਗਸਟਰ ਆ ਹੁਣ ਸਰ ਮੈਨੂੰ ਡੇਲੀ ਫੋਨ ਆਉਂਦੇ ਆ ਮਤਲਬ ਧਮਕੀਆਂ ਦਿੰਦੇ ਆ ਵੀ ਸਾਨੂੰ ਦੱਸ ਨਹੀਂ ਤਾਂ ਤੇਰਾ ਨਹੀਂ ਗੱਲ ਉਹ ਨਹੀਂ ਹੈਗੀ ਮਤਲਬ ਇਹੀ ਆ ਕਹਿੰਦੇ ਕਹਿੰਦੇ ਕੰਮ ਕਰ ਸਾਡੇ ਨਾਲ ਬਸ ਸਰ ਬਹੁਤ ਜ਼ਿਆਦਾ ਡਿਫੀਕਲਟ ਅੱਜ ਕੱਲ੍ਹ ਕੋਈ ਵੀ ਚੀਜ਼ ਆਸਾਨ ਨਹੀਂ ਹੈਗੀ ਕੋਈ ਕਿੰਨੇ ਘਰ ਦੇ ਵਿੱਚ ਸਰ ਆਹ ਸਾਰੀਆਂ ਇੱਧਰ ਲੱਗੀਆਂ ਹੋਈਆਂ ਆ ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਸਰ ਟੱਪ ਚ ਗੋਲੀ ਵੱਜੀ ਪਈ ਸਰ ਟੱਪ ਵੀ ਇੱਥੇ ਕਿੰਨੇ ਬੰਦੇ ਆਏ ਸੀ ਚੰਡੀਗੜ੍ਹ ਬਾਹਰ ਲੱਗੇ ਹੋਏ ਸੀਟੀ ਹੋਏ ਆ ਉਹਨਾਂ ਦੀ
ਸਾਡੇ ਗਵਾਂਢੀਆਂ ਦੇ ਉੱਥੋਂ ਨਿਕਲ ਜਾਣੀਆਂ ਸੀ ਸਕੀਮ ਸਰ। ਮਾਤਾ ਜੀ ਕਿੱਥੇ ਨੇ ਜਿਹੜੇ ਮਾਤਾ ਜੀ ਆਈਏ ਮੁੰਡੇ ਨੇ ਇਨਫੋਰਮੇਸ਼ਨ ਵਿੱਚ ਕੋਈ ਸਾਡੇ ਘਰ ਦੇ ਕਰੇ ਹੋਈ ਲੇਕਿਨ ਫਾਇਰਿੰਗ ਅੱਜ ਨਹੀਂ ਹੋਈ, ਫਾਇਰਿੰਗ ਕੱਲ੍ਹ ਦੀ ਹੋਈ ਆ। ਜਦੋਂ ਇਨਫੋਰਮੇਸ਼ਨ ਮੌਕੇ 'ਤੇ ਪਹੁੰਚੇ ਆ ਬਿਆਨ ਉਹਦੇ ਲਿਖੇ ਜਾ ਰਿਹਾ ਜੋ ਵਰਦੀ ਕਾਰਵਾਈ ਕਰ ਰਿਹਾ। ਪਤਾ ਲੱਗਾ ਕੋਈ ਫਾਇਰਿੰਗ ਕਰਨ ਵਾਲਾ ਕੌਣ ਸੀ, ਕਿੱਥੋਂ ਥ੍ਰੈਟ ਕਾਲ ਵਗੈਰਾ? ਅੱਜ ਉਹ ਕੋਸ਼ਿਸ਼ ਕਰ ਰਿਹਾ ਉਹਦੇ ਕੋਲ, ਜਦੋਂ ਵੀ ਪਤਾ ਲੱਗੇ ਤੁਹਾਨੂੰ ਦੱਸ। ਕੋਈ ਸੀਸੀਟੀਵੀ ਕੁਛ ਸਾਹਮਣੇ ਕੋਈ ਫਾਇਰਿੰਗ ਇੱਕ ਦੋ ਦੱਸ ਦਿਓ, ਕਿੰਨੇ ਖੋਲ ਕਿੰਨੇ ਮਿਲੇ ਹੈਗੇ? ਇੱਕ ਉਹ ਖੋਲਿਆ ਜੀ। ਅੱਛਾ ਸਰ, ਇਹ ਪਤਾ ਲੱਗਾ ਇਹ ਸਿੰਗਰ ਦਾ ਘਰ ਆ ਕੋਈ? ਨਹੀਂ, ਇਹਦੇ ਬਾਰੇ ਅੱਜ ਕੁਛ ਨਹੀਂ, ਇਹ ਪਤਾ ਕਰ ਰਹੇ ਹਾਂ। ਜਦੋਂ ਫਾਇਰ ਹੋਏ ਤਾਂ ਘਰ ਵਾਲੇ ਕਿੱਥੇ ਸੀਗੇ? ਘਰ ਵਾਲੇ ਘਰ ਹੀ ਸੀਗੇ, ਦੱਸ ਦਿਓ ਉਹਦੇ ਮੁੰਡਾ ਆਪ ਜਿਹੜਾ ਸਾਹਿਬ ਬਾਹਰ ਸੀਗਾ। ਅੱਛਾ, ਘਰ ਦੇ ਉਹਦੇ ਮਾਤਾ ਪਿਤਾ ਘਰ। ਸਰ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਮਿਲੀ ਕੋਈ? ਸੀਸੀਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ, ਫਿਰ ਵੀ ਅਸੀਂ ਜਿਹੜਾ ਕੋਈ ਆਸੇ ਪਾਸੇ ਲੱਗੀ ਆ ਤੁਹਾਨੂੰ ਖਾਂ ਗੱਲ ਆ ਗਿਆ। ਫੋਨ ਤੱਕਰ ਦੀ ਇਨਵੈਸਟੀਗੇਸ਼ਨ ਕੀ ਸਾਹਮਣੇ ਆਇਆ? ਬਿਆਨ ਲਿਖਿਆ, ਬਿਆਨ ਮੁਤਾਬਕ ਦੇਖਦੇ ਹਾਂ ਕਿ ਕੀ ਫਰਦਰ ਪੌਲੀਗਲ ਸਾਹਮਣੇ। ਇਹਦੇ ਬਿਆਨਾਂ ਦੇ ਪਰਚਾ ਦਰਜ ਕਰੇ, ਬਿਆਨਾਂ 'ਚ ਕੀ ਲਿਖਾਇਆ ਗਿਆ? ਇਹ ਮੈਂ ਅੱਜ ਨਹੀਂ ਦੱਸਾਂਗਾ, ਮੈਨੂੰ ਪੂਰਾ ਬੈਨੀਫਿਟ ਤੋਂ ਬਾਅਦ ਦੱਸਾਂਗਾ।